ਹਾਂਜੀ ਪੰਜਾਬੀ ਡਿਕਟੇਸ਼ਨ 200 ਸ਼ਬਦ ਨੂੰ ਤਿੰਨ ਵਾਰੀ ਰਿਪੀਟ ਕਰਾਂਗੇ ਪਹਿਲਾਂ 80 ਫਿਰ 90 ਫਿਰ 100 ਹਾਂਜੀ ਪਹਿਲਾਂ 80 ਦੇ ਸਟਾਰਟ ਕਰਦੇ ਆ ਰੈਡੀ ਸਟਾਰਟ ਤੁਸੀਂ ਸਾਰਿਆਂ ਨੇ ਰਾਤ ਦੇ ਸਮੇਂ ਆਸਮਾਨ ਵਿੱਚ ਟਿਮਟਮਾਉਂਦੇ ਹੋਏ ਬਹੁਤ ਸਾਰੇ ਤਾਰੇ ਦੇਖੇ ਹੋਣਗੇ ਡੰਡੀ ਇਹ ਤਾਰੇ ਬਹੁਤ ਛੋਟੇ ਹੁੰਦੇ ਹਨ ਪਰ ਅਸਲ ਵਿੱਚ ਇਹ ਤਾਰੇ ਬਹੁਤ ਵੱਡੇ ਆਕਾਰ ਦੇ ਹੁੰਦੇ ਹਨ पर ਧਰਤੀ ਤੋਂ ਇੰਨੀ ਦੂਰ ਹੁੰਦੇ ਹਨ ਕਿ ਬਹੁਤ ਛੋਟੇ ਦਿਸਦੇ ਹਨ ਡੰਡੇ ਹੁਣ ਤੁਹਾਡੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੋਵੇਗਾ ਕਿ ਆਖਰ ਇਨ੍ਹਾਂ ਤਾਰਿਆਂ ਦੀ ਦੂਰੀ ਨੂੰ ਕਿਵੇਂ ਮਾਪਿਆ ਜਾਂਦਾ ਹੈ ਪ੍ਰਸ਼ਨ ਚ ਤਾਰਿਆਂ ਤੋਂ ਧਰਤੀ ਦੀ ਦੂਰੀ ਜਾਂ ਫਿਰ ਉਹਨਾਂ ਦੀ ਆਪਸ ਵਿੱਚ ਦੂਰੀ ਨੂੰ ਨਾਪਣ ਲਈ ਪ੍ਰਕਾਸ਼ ਵਰਾ ਮਤਲਬ ਲਾਈਟ ਇਜ਼ਰ ਯੂਨਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਡੰਡੀ ਹੁਣ ਤੁਸੀਂ ਸੋਚੋਗੇ ਇਹ ਪ੍ਰਕਾਸ਼ ਵਰਾ ਕੀ ਹੁੰਦਾ ਹੈ ਪ੍ਰਸ਼ਨ ਚਿੰਨ ਇੱਕ ਵਰਾ ਵਿੱਚ ਪ੍ਰਕਾਸ਼ ਜਿੰਨੀ ਦੂਰੀ ਤੱਕ ਕਰਦਾ ਹੈ ਉਸ ਨੂੰ ਇੱਕ ਪ੍ਰਕਾਸ਼ਵਰਾ ਕਹਿੰਦੇ ਹਨ ਡੰਡੀ ਇੱਕ ਪ੍ਰਕਾਸ਼ਵਰਾ ਲਗਭਗ 964600 ਕਰੋੜ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਡੰਡੀ ਧਰਤੀ ਦੇ ਸਭ ਤੋਂ ਕਰੀਬੀ ਤਾਰੇ ਦਾ ਨਾਂ ਅਲਫਾ ਸੈਟੂਰੀ ਹੈ ਡੰਡੀ ਇਹ ਸਾਡੇ ਤੋਂ ਚਾਰ ਪ੍ਰਕਾਸ਼ ਵਰਾ ਦੂਰ ਸਥਿਤ ਹੈ ਡੰਡੀ ਕਿਸੇ ਤਾਰੇ ਦੀ ਧਰਤੀ ਤੋਂ ਦੂਰੀ ਦਾ ਪਤਾ ਲਗਾਉਣ ਦੇ ਲਈ ਖਗੋਲ ਸ਼ਾਸਤਰੀ ਧਰਤੀ ਦੀਆਂ ਦੋ ਉਲਟ ਥਾਮਾ ਤੋਂ ਉਸ ਤਾਰੇ ਦਾ ਨਿਰੀਖਣ ਕਰਦੇ ਹਨ ਜਾਂ 6 ਮਹੀਨੇ ਦੇ ਬਾਅਦ ਉਸ ਤਾਰੇ ਦਾ ਨਰੀਖਣ ਕਰਦੇ ਹਨ ਜਦ ਧਰਤੀ ਸੂਰਜ ਦਾ ਚੱਕਰ ਲਗਾਉਂਦੇ ਹੋਏ ਆਪਣੀ ਉਲਟ ਦਿਸ਼ਾ ਵਿੱਚ ਆ ਜਾਂਦੀ ਹੈ ਡੰਡੀ ਜਦ ਉਹ ਇਹੋ ਜਿਹਾ ਕਰਦੇ ਹਨ ਡੰਡੀ ਸਟਾਪ ਹਾਂਜੀ ਆਪਣਾ 80 ਦੀ ਸਪੀਡ ਤੇ ਪਹਿਰਾ ਡਿਕਟੇਟ ਹੋ ਚੁੱਕਿਆ ਹੈ ਹੁਣ ਆਪਾਂ 90 ਦੀ ਸਪੀਡ ਤੇ ਸਟਾਰਟ ਕਰਦੇ ਹਾਂ ਹਾਂਜੀ ਰੈਡੀ ਸਟਾਰ ਤੁਸੀਂ ਸਾਰਿਆਂ ਨੇ ਰਾਤ ਦੇ ਸਮੇਂ ਆਸਮਾਨ ਵਿੱਚ ਟਿਮਟਮਾਉਂਦੇ ਹੋਏ ਬਹੁਤ ਸਾਰੇ ਤਾਰੇ ਦੇਖੇ ਹੋਣਗੇ ਡੰਡੀ ਇਹ ਤਾਰੇ ਬਹੁਤ ਛੋਟੇ ਦਿਸਦੇ ਹਨ ਪਰ ਅਸਲ ਵਿੱਚ ਇਹ ਤਾਰੇ ਬਹੁਤ ਵੱਡੇ ਆਕਾਰ ਦੇ ਹੁੰਦੇ ਹਨ ਪਰ ਧਰਤੀ ਤੋਂ ਇੰਨੀ ਦੂਰ ਹੁੰਦੇ ਹਨ ਕਿ ਬਹੁਤ ਛੋਟੇ ਦਿਸਦੇ ਹਨ ਡੰਡੀ ਹੁਣ ਤੁਹਾਡੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੋਵੇਗਾ ਕਿ ਆਖਰ ਇਨਾ ਤਾਰਿਆਂ ਦੀ ਦੂਰੀ ਨੂੰ ਕਿਵੇਂ ਮਾਪਿਆ ਜਾਂਦਾ ਹੈ ਪ੍ਰਸ਼ਨ ਚਿੰਨ ਤਾਰਿਆਂ ਤੋਂ ਧਰਤੀ ਦੀ ਦੂਰੀ ਜਾਂ ਫਿਰ ਉਹਨਾਂ ਦੀ ਆਪਸ ਵਿੱਚ ਦੂਰੀ ਨੂੰ ਨਾਪਣ ਲਈ ਪ੍ਰਕਾਸ਼ ਵਰਾ ਮਤਲਬ ਲਾਈਟ ਇਜ਼ਰ ਯੂਨਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਡੰਡੀ ਹੁਣ ਤੁਸੀਂ ਸੋਚੋਗੇ ਇਹ ਪ੍ਰਕਾਸ਼ ਵਰਾ ਕੀ ਹੁੰਦਾ ਹੈ ਪ੍ਰਸ਼ਨ ਚਿੰਨ ਇੱਕ ਵਰਾ ਵਿੱਚ ਪ੍ਰਕਾਸ਼ ਜਿੰਨੀ ਦੂਰੀ ਦਾ ਕਰਦਾ ਹੈ ਉਸ ਨੂੰ ਇੱਕ ਪ੍ਰਕਾਸ਼ ਵਰਾ ਕਹਿੰਦੇ ਹਨ ਡੰਡੀ ਇੱਕ ਪ੍ਰਕਾਸ਼ ਵਰਾ ਲਗਭਗ 964600 ਕਰੋੜ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਡੰਡੀ ਧਰਤੀ ਦੇ ਸਭ ਤੋਂ ਕਰੀਬੀ ਤਾਰੇ ਦਾ ਨਾਂ ਅਲਫਾ ਸੈਟੂਰੀ ਹੈ ਡੰਡੀ ਇਹ ਸਾਡੇ ਤੋਂ 4 ਪ੍ਰਕਾਸ਼ਵਰਾਂ ਦੂਰ ਸਥਿਤ ਹੈ ਡੰਡੀ ਕਿਸੇ ਤਾਰੇ ਦੀ ਧਰਤੀ ਤੋਂ ਦੂਰੀ ਦਾ ਪਤਾ ਲਗਾਉਣ ਦੇ ਲਈ ਖਗੋਲ ਸ਼ਾਸਤਰੀ ਧਰਤੀਆਂ ਦੋ ਉਲਟ ਥਾਮਾ ਤੋਂ ਉਸ ਤਾਰੇ ਦਾ ਨਰੀਖਣ ਕਰਦੇ ਹਨ ਜਾਂ 6 ਮਹੀਨੇ ਦੇ ਬਾਅਦ ਉਸ ਤਾਰੇ ਦੀ ਨਰੀਖਣ ਕਰਦੇ ਹਨ ਜਦ ਧਰਤੀ ਸੂਰਜ ਦਾ ਚੱਕਰ ਲਗਾਉਂਦੇ ਹੋਏ ਆਪਣੀ ਉਲਟ ਦਿਸ਼ਾ ਵਿੱਚ ਆ ਜਾਂਦੀ ਹੈ ਡੰਡੀ ਜਦ ਉਹ ਇਹ ਜਹਾ ਕਰਦੇ ਹਨ ਡੰਡੀ ਸਟਾਪ ਹਾਂਜੀ ਆਪਣਾ 90 ਸਪੀਡ ਤੇ ਵੀ ਪੈਰਾ ਡਿਕਟੇਟ ਹੋ ਚੁੱਕਿਆ ਹੈ ਹੁਣ ਆਪਾਂ 100 ਦੀ ਸਪੀਡ ਤੇ ਸਟਾਰਟ ਕਰਦੇ ਹਾਂ ਹਾਂਜੀ ਰੈਡੀ ਸਟਾਰਟ ਤੁਸੀਂ ਸਾਰਿਆਂ ਨੇ ਰਾਤ ਦੇ ਸਮੇਂ ਅਸਮਾਨ ਵਿੱਚ ਟਿਮਟਮਾਉਂਦੇ ਹੋਏ ਬਹੁਤ ਸਾਰੇ ਤਾਰੇ ਦੇਖੇ ਹੋਣਗੇ ਡੰਡੀ ਇਹ ਤਾਰੇ ਬਹੁਤ ਛੋਟੇ ਦਿਸਦੇ ਹਨ ਪਰ ਅਸਲ ਵਿੱਚ ਇਹ ਤਾਰੇ ਬਹੁਤ ਵੱਡੇ ਆਕਾਰ ਦੇ ਹੁੰਦੇ ਹਨ ਪਰ ਧਰਤੀ ਤੋਂ ਇੰਨੇ ਦੂਰ ਹੁੰਦੇ ਹਨ ਕਿ ਬਹੁਤ ਛੋਟੇ ਦਿਸਦੇ ਹਨ ਡੰਡੀ ਹੁਣ ਤੁਹਾਡੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੋਵੇਗਾ ਕਿ ਆਖਰ ਇਨ੍ਹਾਂ ਤਾਰਿਆਂ ਦੀ ਦੂਰੀ ਨੂੰ ਕਿਵੇਂ ਮਾਪਿਆ ਜਾਂਦਾ ਹੈ ਪ੍ਰਸ਼ਨ ਚੰ ਤਾਰਿਆਂ ਤੋਂ ਧਰਤੀ ਦੀ ਦੂਰੀ ਜਾਂ ਫਿਰ ਉਨ੍ਹਾਂ ਦੀ ਆਪਸ ਵਿੱਚ ਦੂਰੀ ਨੂੰ ਨਾਪਣ ਲਈ ਪ੍ਰਕਾਸ਼ ਬਰਾ ਮਤਲਬ ਲਾਈਟ ਇਜ਼ਰ ਯੂਨਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਡੰਡੀ ਹੁਣ ਤੁਸੀਂ ਸੋਚੋਗੇ ਇਹ ਪ੍ਰਕਾਸ਼ ਵਰਾ ਕੀ ਹੁੰਦਾ ਹੈ ਪ੍ਰਸ਼ਨ चिन्ह ਇੱਕ ਵਰਾ ਵਿੱਚ ਪ੍ਰਕਾਸ਼ ਜਿੰਨੀ ਦੂਰੀ ਤੱਕ ਕਰਦਾ ਹੈ ਉਸ ਨੂੰ ਇੱਕ ਪ੍ਰਕਾਸ਼ ਵਰਾ ਕਹਿੰਦੇ ਹਨ ਡੰਡੀ ਇੱਕ ਪ੍ਰਕਾਸ਼ ਵਰਾ ਲਗਭਗ 9,64,600 ਕਰੋੜ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਡੰਡੀ ਧਰਤੀ ਦੇ ਸਭ ਤੋਂ ਕਰੀਬੀ ਤਾਰੇ ਦਾ ਨਾਂ ਅਲਫਾ ਸੈਟੂਰੀ ਹੈ ਡੰਡੀ ਇਹ ਸਾਡੇ ਤੋਂ 4 ਪ੍ਰਕਾਸ਼ਵਰਾਂ ਦੂਰ ਸਥਿਤ ਹੈ ਡੰਡੀ ਕਿਸੇ ਤਾਰੇ ਦੀ ਧਰਤੀ ਤੋਂ ਦੂਰੀ ਦਾ ਪਤਾ ਲਗਾਉਣ ਦੇ ਲਈ ਖਗੋਲ ਸ਼ਾਸਤਰੀ ਧਰਤੀ ਦੀਆਂ ਦੋ ਉਲਟ ਥਾਵਾਂ ਤੋਂ ਉਸ ਤਾਰੇ ਦਾ ਨਿਰੀਖਣ ਕਰਦੇ ਹਨ ਜਾਂ 6 ਮਹੀਨੇ ਦੇ ਬਾਅਦ ਉਸ ਤਾਰੇ ਦਾ ਨਿਰੀਖਣ ਕਰਦੇ ਹਨ ਜਦ ਧਰਤੀ ਸੂਰਜ ਦਾ ਚੱਕਰ ਲਗਾਉਂਦੇ ਹੋਏ ਆਪਣੀ ਉਲਟ ਦਿਸ਼ਾ ਵਿੱਚ ਆ ਜਾਂਦੀ ਹੈ ਡੰਡੀ ਜਦ ਉਹ ਇਹੋ ਜਿਹਾ ਕਰਦੇ ਹਨ ਡੰਡੀ ਸਟਾਪ ਹਾਂਜੀ ਆਪਣਾ ਸੌਦੀ ਸਪੀਡ ਤੇ ਪੈਰਾ ਡਿਕਟੇਟ ਹੋ ਚੁੱਕਿਆ ਹੈ C'est okay. bien.